ਸਤਿ ਸ਼੍ਰੀ ਅਕਾਲ, ਮੈਂ ਹਾਂ ਡਾਕਟਰ ਜਤਿੰਦਰ ਕੌਰ ਬੀ ਸੋਸ਼ਲ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਅਵਸਾਦ ਯਾਨੀ ਡਿਪਰੈਸ਼ਨ ਬਾਰੇ। ਬਹੁਤੇ ਲੋਕਾਂ ਨੂੰ ਲੱਗਦਾ ਕਿ ਡਿਪਰੈਸ਼ਨ ਇੱਕ ਬਹੁਤ ਗੰਭੀਰ ਬਿਮਾਰੀ ਹੈ, ਪਰ ਸੱਚੀ ਮੁੱਚੀ ਇਹ ਕੋਈ ਗੰਭੀਰ ਬਿਮਾਰੀ ਨਹੀਂ। ਇਹ ਇੱਕ ਡਿਸਟਰਬਡ ਮੈਂਟਲ ਸਟੇਟਮੈਂਟ ਹੈ ਜਿਸ ਵਿੱਚ ਕਿ ਬੰਦਾ ਆਪਣੇ ਆਪ ਨੂੰ ਖਤਮ ਕਰਨ 'ਤੇ ਤੁਲ ਜਾਂਦਾ। ਬੰਦਾ ਹਮੇਸ਼ਾ ਆਪਣੇ ਬਾਰੇ ਸੋਚਦਾ ਰਹਿੰਦਾ ਅਤੇ ਜਿਹੜਾ ਉਹਦੇ ਵਿਰੋਧੀ ਹੈ ਉਸਦੇ ਬਾਰੇ ਸਵਾਲ ਜਵਾਬ ਕਰਦਾ। ਉਹ ਹਰ ਵੇਲੇ ਇਸੇ ਉਧੇੜਬੁਣ 'ਚ ਰਹਿੰਦਾ ਕਿ ਉਹ ਦੂਜੇ ਨੂੰ ਕਿਵੇਂ ਨੀਵਾਂ ਦਿਖਾਵੇ, ਅਤੇ ਇਹਨਾਂ ਕਰਕੇ ਜਦੋਂ ਉਹਦਾ ਦਿਮਾਗ ਹਰ ਵੇਲੇ ਚੱਲਦਾ ਰਹਿੰਦਾ, ਉਹਨੂੰ ਆਰਾਮ ਨਹੀਂ ਮਿਲਦਾ, ਉਹਨੂੰ ਕਿਤੇ ਵੀ ਜਿਹੜਾ ਹੈਗਾ ਕਿ ਉਹਨੂੰ ਇੰਝ ਲੱਗਦਾ ਕਿ ਸਾਰੇ ਉਸਦੇ ਖਿਲਾਫ ਨੇ, ਉਹਨੂੰ ਕੋਈ ਪਿਆਰ ਨਹੀਂ ਕਰਦਾ, ਉਹਦਾ ਕੋਈ ਦੋਸਤ ਨਹੀਂ ਹੈ, ਉਹ ਹਰ ਵੇਲੇ ਇਕੱਲਾ ਰਹਿਣਾ ਪਸੰਦ ਕਰਦਾ, ਉਹ ਹਨੇਰੇ ਕਮਰੇ 'ਚ ਕਿਤੇ ਖੁੰਝੇ 'ਚ ਬੈਠਣਾ ਪਸੰਦ ਕਰਦਾ, ਉਹ ਬਾਹਰ ਜਾਣਾ ਪਸੰਦ ਨਹੀਂ ਕਰਦਾ, ਉਹਨੂੰ ਕਿਸੇ ਨਾਲ ਗੱਲ ਕਰਨੀ ਚੰਗੀ ਨਹੀਂ ਲੱਗਦੀ। ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਅਤੇ ਉਹਦਾ ਦਿਮਾਗ ਜਦੋਂ 24 ਘੰਟੇ ਚੱਲਦਾ ਰਹਿੰਦਾ, ਅਤੇ ਇਸ ਕਰਕੇ ਜਿਹੜਾ ਹੈਗਾ ਕਿ ਉਸਦੇ ਦਿਮਾਗ ਵਿੱਚ ਜਿਹੜਾ ਹੈਗਾ ਕਿ ਇੱਕ ਅਵਸਾਦ ਪੈਦਾ ਹੋ ਜਾਂਦਾ, ਉਹ ਉਸ ਵੇਲੇ ਇੱਕ ਬਹੁਤ ਡੀਪ ਡਿਪਰੈਸ਼ਨ ਵਿੱਚ ਚਲਾ ਜਾਂਦਾ। ਸੋ ਡਿਪਰੈਸ਼ਨ ਜਿਹੜਾ ਕਿਸੇ ਖਾਸ ਉਮਰ ਕਰਕੇ ਨਹੀਂ ਹੁੰਦਾ, ਕਿਸੇ ਸਕੂਲ ਦੇ ਸਟੂਡੈਂਟ, ਕਾਲਜ ਦੇ ਸਟੂਡੈਂਟ ਨੂੰ ਆਪਣੇ ਟੀਚਰ ਦੇ ਸਾਰੇ ਬੱਚਿਆਂ ਵਿੱਚ ਇਨਸਲਟ ਕਰਨ ਕਰਕੇ, ਜਾਂ ਬੱਚਿਆਂ ਨੂੰ ਪੜ੍ਹਾਈ ਦੇ ਸਟ੍ਰੈਸ ਕਰਕੇ, ਜਾਂ ਜੋ ਬਹੁਤ ਪੜ੍ਹਦੇ ਵੀ ਹੈ ਫਿਰ ਵੀ ਨੰਬਰ ਘੱਟ ਆਉਂਦੇ ਆ ਉਹਦੇ ਕਰਕੇ ਵੀ ਹੋ ਸਕਦਾ। ਕਿਸੇ ਹਾਊਸਵਾਈਫ ਨੂੰ ਆਪਸੀ ਰਿਲੇਸ਼ਨਸ ਇਨਲੋਜ਼ ਨਾਲ ਆਪਣੇ ਹਸਬੈਂਡ ਨਾਲ ਚੰਗੇ ਨਾ ਹੋਣ ਕਰਕੇ ਵੀ ਹੋ ਸਕਦਾ। ਕਿਸੇ ਦਫ਼ਤਰ 'ਚ ਕੰਮ ਕਰਨ ਵਾਲੇ ਬੰਦੇ ਨੂੰ ਜਾਂ ਲੇਡੀ ਨੂੰ ਉਹਦੇ ਬੌਸ ਦੇ ਬਹੁਤਾ ਸਟ੍ਰੈਸ ਦੇਣ ਕਰਕੇ, ਜਾਂ ਕੰਮ ਦੇ ਸਟ੍ਰੈਸ ਕਰਕੇ, ਜਾਂ ਉਹਨਾਂ ਦੇ ਆਪਣੇ ਬੌਸ ਨਾਲ ਵਧੀਆ ਰਿਲੇਸ਼ਨਸ ਨਾ ਹੋਣ ਕਰਕੇ ਵੀ ਹੋ ਸਕਦਾ। ਇਸ ਦੇ ਨਾਲ ਨਾਲ ਜਦੋਂ ਕੋਈ ਬਹੁਤ ਪਿਆਰਾ ਆਪਣਾ ਵਿਛੜ ਜਾਂਦਾ, ਉਸਦੇ ਵਿਛੋੜੇ ਕਰਕੇ ਵੀ, ਜਾਂ ਕਿਸੇ ਬਹੁਤ ਨੇੜੇ ਦੇ ਰਿਸ਼ਤੇ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੇ ਕਰਕੇ ਵੀ ਡਿਪਰੈਸ਼ਨ ਹੋ ਜਾਂਦਾ। ਸੋ ਕਾਰਨ ਬਹੁਤ ਨੇ ਡਿਪਰੈਸ਼ਨ ਦੇ, ਅਤੇ ਉਹਨਾਂ ਕਾਰਨਾਂ 'ਚੋਂ ਅਸੀਂ ਬਾਹਰ ਕਿਵੇਂ ਨਿਕਲਣਾ, ਇਹ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਇਸ ਡਿਪਰੈਸ਼ਨ ਨੂੰ ਘੱਟ ਕਿਵੇਂ ਕਰਨਾ ਹੈ, ਜਾਂ ਇਹਨੂੰ ਖਤਮ ਕਿਵੇਂ ਕਰਨਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਘਰ ਦੇ ਹੋਰ ਜੀ ਨੇ ਉਹ ਦੇਖਣ ਕਿ ਉਹਨਾਂ ਦੇ ਮੈਂਬਰ ਨੂੰ ਕੀ ਪ੍ਰੋਬਲਮ ਹੈ, ਉਹਦੀ ਪ੍ਰੋਬਲਮ ਨੂੰ ਫਾਇੰਡ ਆਊਟ ਕਰਨ, ਉਹਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਣ, ਉਹਦਾ ਟ੍ਰੀਟਮੈਂਟ ਸ਼ੁਰੂ ਕਰਾਉਣ। ਪਰ ਆਪਣੇ ਹਿੰਦੁਸਤਾਨ 'ਚ ਲੋਕਾਂ ਨੂੰ ਇਹ ਲੱਗਦਾ ਕਿ ਜੇ ਡਾਕਟਰ ਕੋਲ ਗਏ ਤਾਂ ਲੋਕ ਕੀ ਕਹਿਣਗੇ, ਵੀ ਇਹ ਪਾਗਲ ਹੈ, ਇਸੇ ਡਰ ਤੋਂ ਅਸੀਂ ਡਾਕਟਰ ਕੋਲ ਜਾਣਾ ਪਸੰਦ ਹੀ ਨਹੀਂ ਕਰਦੇ। ਪਰ ਚਾਹੀਦਾ ਕਿ ਉਹ ਡਾਕਟਰ ਕੋਲ ਜਾਵੇ, ਆਪਣਾ ਪ੍ਰੋਪਰ ਟ੍ਰੀਟਮੈਂਟ ਕਰਾਵੇ, ਆਪਣੇ ਫਰੈਂਡਸ ਜਿਹੜੇ ਕਿ ਉਹਦੇ ਬਹੁਤ ਪੋਜ਼ਿਟਿਵ ਫਰੈਂਡਸ ਨੇ ਉਹਨਾਂ ਨਾਲ ਮਿਲ ਕੇ ਗੱਲਬਾਤ ਕਰੇ, ਜਦੋਂ ਉਹਨੂੰ ਲੱਗੇ ਕਿ ਉਹਦੇ ਅੰਦਰ ਕੁਛ ਟੈਨਸ਼ਨ ਆ ਰਹੀ ਹੈ ਜਾਂ ਕੋਈ ਕਾਰਨ ਹੈ ਜਿਹੜਾ ਉਹਨੂੰ ਪਰੇਸ਼ਾਨ ਕਰ ਰਿਹਾ, ਤਾਂ ਉਸ ਵੇਲੇ ਉਹ ਆਪਣੇ ਕਿਸੇ ਪੋਜ਼ਿਟਿਵ ਫਰੈਂਡ ਨਾਲ ਗੱਲ ਕਰੇ, ਕਿਸੇ ਘਰ ਦੇ ਇਹੋ ਜਿਹੇ ਜੀ ਨਾਲ ਗੱਲ ਕਰੇ ਜਿਹਦੇ ਨਾਲ ਗੱਲ ਕਰਕੇ ਉਹਨੂੰ ਵਧੀਆ ਲੱਗਦਾ, ਅਤੇ ਆਪਸੀ ਗੱਲਬਾਤ ਨਾਲ ਡਿਪਰੈਸ਼ਨ ਨੂੰ ਦੂਰ ਕੀਤਾ ਜਾ ਸਕਦਾ। ਪਿਆਰ ਨਾਲ, ਕੇਅਰ ਨਾਲ ਵੀ ਡਿਪਰੈਸ਼ਨ ਨੂੰ ਅਸੀਂ ਆਪਣੇ ਤੋਂ ਦੂਰ ਕਰ ਸਕਦੇ ਹਾਂ। ਬਹੁਤੀ ਵਾਰੀ ਦੇਖਿਆ ਜਾਂਦਾ ਕਿ ਜਿਹੜਾ ਬੰਦਾ ਡਿਪਰੈਸ਼ਨ 'ਚ ਹੁੰਦਾ, ਬਾਕੀ ਘਰ ਦੇ ਜੀ ਉਹਨੂੰ ਆਪਣੇ ਤੋਂ ਦੂਰ ਕਰ ਦਿੰਦੇ ਆ, ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕੀ ਗੱਲ ਹੈ, ਕਿਸ ਗੱਲ ਦੀ ਆਕੜ ਹੈ ਜਿਹੜਾ ਸਾਡੇ ਨਾਲ ਬੈਠਦਾ ਨਹੀਂ। ਪਰ ਦਰਅਸਲ ਪ੍ਰੋਬਲਮ ਉਸ ਬੰਦੇ ਦੇ ਅੰਦਰ ਹੁੰਦੀ ਹੈ ਕਿ ਜਿਸ ਕਰਕੇ ਉਹ ਦੂਸਰਿਆਂ ਨਾਲ ਮਿਲਣਾ ਬੈਠਣਾ ਜਿਹੜਾ ਹੈਗਾ ਪਸੰਦ ਨਹੀਂ ਕਰਦਾ। ਇੱਕ ਡਿਪਰੈਸ਼ਨ ਦਾ ਜਿਹੜਾ ਹੋਰ ਮੁੱਖ ਕਾਰਨ ਹੈ, ਜਾਂ ਇੱਕ ਇਹੋ ਜਿਹਾ ਕਾਰਨ ਕਿ ਜਿਸ ਦੇ ਨਾਲ ਡਿਪਰੈਸ਼ਨ ਨੂੰ ਦੂਰ ਕੀਤਾ ਜਾ ਸਕਦਾ, ਉਹ ਹੈਗਾ ਪ੍ਰੋਪਰ ਮੈਡੀਟੇਸ਼ਨ। ਜੇ ਤੁਸੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਹੋ ਤਾਂ ਮੈਡੀਟੇਸ਼ਨ ਨਾਲ ਤੁਹਾਡੇ ਦਿਮਾਗ ਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ, ਜਿਸ ਨਾਲ ਕਿ ਤੁਸੀਂ ਆਪਣੇ ਸਵਾਲਾਂ ਜਵਾਬਾਂ ਦੇ ਗੇੜ ਤੋਂ ਬਾਹਰ ਨਿਕਲ ਸਕਦੇ ਹੋ। ਇੱਕ ਗੱਲ ਮੈਨੂੰ ਯਾਦ ਆਉਂਦੀ ਹੈ, ਮੇਰੇ ਪਾਪਾ ਦੇ ਫਰੈਂਡ ਹੈ, ਉਹਨਾਂ ਦੀ ਬੇਟੀ ਸੀਗੀ, ਬਹੁਤ ਵਧੀਆ ਪੇਂਟਰ, ਬੜੀ ਸਮਾਰਟ ਲੜਕੀ, ਉਹਦਾ ਵਿਆਹ ਇੱਕ ਫੌਜੀ ਪਰਿਵਾਰ ਵਿੱਚ ਹੋ ਗਿਆ, ਅਤੇ ਜਿਨ੍ਹਾਂ ਦੇ ਘਰ ਵਿੱਚ ਬਹੁਤ ਸਾਰੇ ਨੌਕਰ ਚਾਕਰ ਅਤੇ ਘਰ 'ਚ ਕੰਮ ਕਰਨ ਦਾ ਕੋਈ ਰਿਵਾਜ਼ ਹੀ ਨਹੀਂ ਸੀਗਾ, ਅਤੇ ਉਹਨਾਂ ਦੇ ਘਰ ਕੁੜੀਆਂ ਜਿਹੜਾ ਬਾਹਰ ਨੌਕਰੀਆਂ ਕਰਨ ਨਹੀਂ ਸੀ ਜਾਂਦੀਆਂ, ਅਤੇ ਉਹਦੇ ਆਪਣੇ ਹਸਬੈਂਡ ਦੀ ਪੋਸਟਿੰਗ ਕਿਤੇ ਬਾਰਡਰ ਏਰੀਏ 'ਚ ਹੋ ਗਈ, ਅਤੇ ਉਹ ਘਰ ਵਿੱਚ ਇਕੱਲੀ ਰਹਿ ਗਈ ਆਪਣੇ ਇਨਲੋਜ਼ ਨਾਲ, ਅਤੇ ਸਾਰਾ ਦਿਨ ਉਹ ਘਰ ਵਿੱਚ ਇਕੱਲੀ ਬੈਠੀ ਰਿਹਾ ਕਰੇ।
ਅਤੇ ਨਾ ਕੋਈ ਕੰਮ ਕਰੇ ਅਤੇ ਇਸੇ ਨਾ ਕੰਮ ਕਰਨ ਕਰਕੇ ਜਾਂ ਆਪਸੀ ਜਿਹੜੇ ਗੱਲਬਾਤ ਨਾ ਕਰਨ ਕਰਕੇ ਉਹ ਹੌਲੀ ਹੌਲੀ ਡਿਪਰੈਸ਼ਨ ਵਿੱਚ ਜਾਂਦੀ ਚਲੀ ਗਈ ਅਤੇ ਇੱਕ ਦਿਨ ਇਹੋ ਜਿਹਾ ਵੀ ਆਇਆ ਕਿ ਉਹਨੇ ਆਪਣੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਉਹ ਜਿਹੜੀ ਹੈ ਕਿ ਉਸ ਵੇਲੇ ਉਹਨੂੰ ਬਚਾ ਲਿਆ ਗਿਆ ਅਤੇ ਅੱਜ ਉਹ ਆਪਣੇ ਹਸਬੈਂਡ ਦੇ ਨਾਲ ਜਿੱਥੇ ਵੀ ਉਹਦੇ ਹਸਬੈਂਡ ਦੀ ਪੋਸਟਿੰਗ ਹੁੰਦੀ ਹੈ ਉੱਥੇ ਨਾਲ ਜਾਂਦੀ ਹੈ। ਉਹ ਆਪ ਹੁਣ ਵਧੀਆ ਪੇਂਟਿੰਗਸ ਬਣਾਉਂਦੀ ਹੈ ਅਤੇ ਆਪਣੇ ਆਲੇ ਦੁਆਲੇ ਦੇ ਬੱਚਿਆਂ ਨੂੰ ਪੇਂਟਿੰਗ ਸਿਖਾਉਂਦੀ ਹੈ। ਸੋ ਮਤਲਬ ਇਹ ਹੈ ਕਿ ਜੇ ਘਰਦਿਆਂ ਦਾ ਪ੍ਰੋਪਰ ਸਾਥ ਮਿਲੇ, ਘਰ ਦੇ ਚੰਗੀ ਕੇਅਰ ਕਰਨ, ਘਰਦਿਆਂ ਦਾ ਜੇ ਪਿਆਰ ਮਿਲੇ ਤਾਂ ਕਿਸੇ ਵੀ ਬੰਦੇ ਨੂੰ ਡਿਪਰੈਸ਼ਨ 'ਚੋਂ ਕੱਢਣਾ ਜਿਹੜਾ ਔਖਾ ਕੰਮ ਨਹੀਂ ਹੈ। ਸੋ ਜ਼ਰੂਰੀ ਹੈ ਕਿ ਆਪਸੀ ਪਿਆਰ ਮੁਹੱਬਤ ਨਾਲ ਅਤੇ ਇੱਕ ਚੰਗੇ ਸੋਸ਼ਲ ਸਰਕਲ ਨਾਲ ਤੁਸੀਂ ਇਸ ਡਿਪਰੈਸ਼ਨ ਤੋਂ ਬਾਹਰ ਆ ਸਕਦੇ ਹੋ। ਅਤੇ ਮੇਰਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਲੋਕ ਡਿਪਰੈਸ਼ਨ 'ਚ ਹੈ, ਸਭ ਤੋਂ ਪਹਿਲਾਂ ਉਹ ਆਪ ਹਿੰਮਤ ਕਰਨ। ਜਦ ਤੱਕ ਉਹ ਆਪ ਆਪਣੇ ਅੰਦਰ ਕੋਸ਼ਿਸ਼ ਨਹੀਂ ਕਰਦੇ, ਉਹ ਆਪਣੇ ਅੰਦਰ ਕੋਈ ਨਵੀਂ ਇੱਛਾ ਜਾਂ ਹੋਪ ਨਹੀਂ ਜਗਾਉਂਦੇ, ਉਹਨਾਂ ਦੇ ਅੰਦਰ ਜੀਣ ਦੀ ਆਸ ਨਹੀਂ ਹੈ, ਉਦੋਂ ਤੱਕ ਉਹ ਇਸ ਡਿਪਰੈਸ਼ਨ ਤੋਂ ਬਾਹਰ ਨਹੀਂ ਆ ਸਕਦੇ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪ ਮੋਟੀਵੇਟ ਰਹੋ, ਆਪ ਪੋਜ਼ਿਟਿਵ ਰਹੋ ਅਤੇ ਆਪਣੀ ਜ਼ਿੰਦਗੀ 'ਚੋਂ ਜਿਹੜੇ ਵੀ ਨੈਗੇਟਿਵ ਲੋਕ ਨੇ ਜਾਂ ਤੁਹਾਡੇ ਫਰੈਂਡਸ ਨੇ ਜਾਂ ਇਹੋ ਜਿਹੇ ਰਿਸ਼ਤੇਦਾਰ ਨੇ ਜਿਹੜੇ ਆਪਣੀਆਂ ਗੱਲਾਂ ਕਰਕੇ ਤੁਹਾਨੂੰ ਲੈਟ ਡਾਊਨ ਕਰਦੇ ਹੈ, ਤੁਹਾਨੂੰ ਡਿਪਰੈਸਡ ਕਰਦੇ ਹੈ, ਉਹਨਾਂ ਲੋਕਾਂ ਤੋਂ ਤੁਸੀਂ ਦੂਰ ਹੋ ਜਾਓ। ਜਿੰਨਾ ਤੁਸੀਂ ਉਹਨਾਂ ਲੋਕਾਂ ਤੋਂ ਦੂਰ ਰਹੋਗੇ ਤਾਂ ਹੀ ਤੁਸੀਂ ਪੋਜ਼ਿਟਿਵਿਟੀ ਵੱਲ ਵਧੋਗੇ, ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਹੋ। ਸੋ ਅੱਜ ਤੋਂ ਇਹ ਕੋਸ਼ਿਸ਼ ਕਰੋ ਕਿ ਆਪਣੇ ਅੰਦਰ ਪੋਜ਼ਿਟਿਵਿਟੀ ਲਿਆਓ, ਚੰਗਾ ਸਰਕਲ ਬਣਾਓ, ਆਪਸੀ ਮਿਲਵਰਤਨ ਨਾਲ, ਪਿਆਰ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰੋਗੇ ਤਾਂ ਤੁਸੀਂ ਵੀ ਖੁਸ਼ ਹੋਵੋਗੇ, ਤੁਹਾਡੇ ਆਲੇ ਦੁਆਲੇ ਵਾਲੇ ਵੀ ਖੁਸ਼ ਰਹਿਣਗੇ। ਸੋ ਅੱਜ ਲਈ ਇੰਨਾ ਹੀ, ਅਗਲੇ ਹਫ਼ਤੇ ਫਿਰ ਮਿਲਾਂਗੇ, ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।